ਮੈਂ ਤੇ ਦੇਖਣ ਆਇਆ ਨਾਲ ਇਹਨਾਂ ਦੇ ਡੈਲੀਗੇਸ਼ਨ ਲੈ ਕੇ ਆਇਆ ਵੀ ਇਹ ਪੰਜਾਬ ਦਾ ਨਹੀਂ ਇੱਥੇ ਆ ਕੇ ਪਤਾ ਲੱਗਾ ਕਿ ਪੂਰੇ ਦੇਸ਼ ਦਾ ਹੈ ਪੂਰਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਹਰ ਗੱਲ ਤੋਂ ਨਵੀਂ ਗੱਲ ਹੈ ਜੀ ਅੱਤਵਾਦੀ ਹੈ ਜੀ ਇਹ ਅਸੀਂ ਸਾਡਾ ਇੰਨਾ ਭਰੱਪਾ ਹੈ ਪੰਜਾਬ 'ਚ ਅਸੀਂ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਅਸੀਂ ਵੀ 2014 'ਚ ਪ੍ਰਾਈਮ ਨੇ ਬਹੁਤ ਹੈਲਪ ਕੀਤੀ ਅਸੀਂ ਵੀ ਮੋਦੀ ਕੀਤੀ ਸਾਨੂੰ ਵੀ ਪਤਾ ਸੀ ਕਿ ਮੋਦੀ ਜੀ ਆਏ ਹੈ ਅਸੀਂ ਸਾਰਿਆਂ ਨੇ ਸਪੋਰਟ ਕੀਤੀ ਅਸੀਂ ਵੀ ਉਹਦੇ ਵਿੱਚ ਸੀਗੇ ਪਰ ਆਹ ਜਿਹੜਾ ਕੰਮ ਗਲਤ ਹੋ ਰਿਹਾ ਜੀ ਵਾਪਸ ਲੈ ਕੇ ਇਹਨਾਂ ਨੂੰ ਦੁਬਾਰਾ ਬਣਾ ਲਓ ਸੋਧ ਦੇਣਾ ਜੋ ਕੁਛ ਤੁਸੀਂ ਕਰਨਾ ਉਹ ਕਰ ਸਕਦੇ ਆ ਪਰ ਗਲਤ ਨਾ ਬੋਲਣ ਮੋਹਾਲੀ ਇੰਡਸਟਰੀਜ਼ ਦੇ ਜਿਹੜੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਇਸ ਵੇਲੇ ਸਾਡੇ ਨਾਲ ਨੇ ਸੋ ਇਹ ਵੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਇੱਥੇ ਅੱਜ ਪਹਿਲੀ ਵਾਰ ਆਏ ਹੋ ਸੋ ਕੀ ਕੁਝ ਦੇਖਣਾ ਮੈਂ ਇੱਥੇ ਪਹਿਲੀ ਵਾਰ ਆਇਆ ਪਹਿਲੀ ਵਾਰ ਸਾਡੇ ਇੱਥੇ ਮੋਹਾਲੀ ਐਸੋਸੀਏਸ਼ਨ ਤੋਂ ਪਹਿਲਾਂ ਡੈਲੀਗੇਸ਼ਨ ਆਇਆ ਸੀ ਜਿਹੜਾ ਕਿ ਇੱਥੇ ਸਭ ਕਰਕੇ ਗਿਆ ਸੀ ਉਸ ਤੋਂ ਬਾਅਦ ਅਸੀਂ ਬੈਠੇ ਬੈਠੇ ਇਹੀ ਸੋਚ ਰਹੇ ਸੀ ਜੋ ਮੀਡੀਆ ਤੋਂ ਸੁਣ ਰਹੇ ਸੀ ਜੋ ਸਾਨੂੰ ਦੇਖਿਆ ਜਾ ਰਿਹਾ ਸੀ ਕਿ ਜੀ ਇਹ ਪੰਜਾਬ ਦਾ ਅੰਦੋਲਨ ਹੈ ਪੰਜਾਬ ਦਾ ਅੰਦੋਲਨ ਹੈ ਸਿੱਧਾ ਅਸੀਂ ਨਹੀਂ ਸੀਗਾ ਅਸੀਂ ਅੱਜ ਫਿਰ ਇਸੇ ਕਰਕੇ ਅੱਜ ਮੈਂ ਇੱਥੇ ਦੇਖਣ ਆਇਆ ਨਾਲ ਇਹਨਾਂ ਦੇ ਡੈਲੀਗੇਸ਼ਨ ਲੈ ਕੇ ਆਇਆ ਵੀ ਇਹ ਪੰਜਾਬ ਦਾ ਨਹੀਂ ਇੱਥੇ ਆ ਕੇ ਪਤਾ ਲੱਗਾ ਕਿ ਪੂਰੇ ਦੇਸ਼ ਦਾ ਹੈ ਪੂਰਾ ਦੇਸ਼ ਦਾ ਕਿਸਾਨ ਇਕੱਠਾ ਹੋਇਆ ਇਹ ਨਹੀਂ ਹੈ ਇੱਕ ਤੁਸੀਂ ਪੰਜਾਬ ਨੂੰ ਬਦਨਾਮ ਕਰ ਰਹੇ ਹੋ ਹਰ ਗੱਲ ਤੋਂ ਨਵੀਂ ਗੱਲ ਹੈ ਜੀ ਅੱਤਵਾਦੀ ਹੈ ਜੀ ਇਹ ਅਸੀਂ ਸਾਡਾ ਇੰਨਾ ਭਰੱਪਾ ਹੈ ਪੰਜਾਬ 'ਚ ਅਸੀਂ ਤਾਂ ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ ਅਸੀਂ ਪਹਿਲਾਂ ਹਾਲਾਤ ਵੀ ਖਰਾਬ ਹੋਏ ਆ ਅਸੀਂ ਪਿੰਡਾਂ 'ਚ ਰਹੇ ਹਾਂ ਸਾਡੀਆਂ ਜ਼ਮੀਨਾਂ ਵੀ ਹੈ ਸਾਡਾ ਸਭ ਕੁਝ ਹੈ ਸਾਡਾ ਆੜ ਦਾ ਵੀ ਕੰਮ ਹੈ ਸਾਨੂੰ ਕਦੀ ਮਹਿਸੂਸ ਨਹੀਂ ਹੋਇਆ ਸਿਰਫ ਅਸੀਂ ਇਹ ਜਿਹੜਾ ਕੁਝ ਬੰਦਿਆਂ ਤੋਂ ਕੁਝ ਪਾਰਲੀਮੈਂਟ 'ਚੋਂ ਸੁਣਦੇ ਕੁਝ ਮੀਡੀਆ ਤੋਂ ਸੁਣਦੇ ਹਾਂ ਕਿ ਜੀ ਉੱਥੇ ਹਾਲਾਤ ਖਰਾਬ ਹੈ ਜੀ ਉੱਥੇ ਪੰਜਾਬ ਦੀ ਕੌਮ ਇਸ ਤਰ੍ਹਾਂ ਹੈ ਜੀ ਉੱਥੇ ਪੰਜਾਬੀ ਇਸ ਤਰ੍ਹਾਂ ਜੀ ਪਰ ਨਹੀਂ ਤੁਸੀਂ ਆ ਕੇ ਦੇਖੋ ਸਾਡੇ ਮੋਹਾਲੀ ਕੀ ਪੰਜਾਬ ਮੈਂ ਮੋਗੇ ਤੋਂ ਬੇਸਿਕਲੀ ਬਿਲੋਂਗ ਕਰਦਾ ਪਰ ਜੋ ਸਾਡੇ ਪੰਜਾਬ 'ਚ ਭਰੱਪਾ ਕਦੀ ਕੋਈ ਨਹੀਂ ਇੱਥੇ ਆ ਕੇ ਲੱਗਾ ਹੀ ਨਹੀਂ ਕਿ ਪੰਜਾਬ ਦਾ ਇੱਥੇ ਹਰਿਆਣੇ ਦੇ ਅਤੇ ਯੂਪੀ ਦੇ ਅਤੇ ਮਹਾਰਾਸ਼ਟਰਾ ਦੇ ਮੈਂ ਸਾਰਾ ਫਿਰਕ ਫਿਰ ਕੇ ਦੇਖਿਆ ਹਰ ਸਟੇਟ ਦੇ ਬੰਦੇ ਮੈਨੂੰ ਮਿਲ ਰਹੇ ਹੈ ਕਿ ਮੱਧ ਪ੍ਰਦੇਸ਼ ਦੇ ਕੀ ਰਾਜਸਥਾਨ ਦੇ ਸਾਰੇ ਬੰਦੇ ਹੈ ਕਿ ਜਿਹੜੇ ਇਸ ਅੰਦੋਲਨ ਨੂੰ ਸਪੋਰਟ ਕਰ ਰਹੇ ਹੈ ਮੇਰੀ ਇੱਕੋ ਹੀ ਰਿਕੁਐਸਟ ਹੈ ਮੋਦੀ ਸਰਕਾਰ ਨੂੰ ਕਿ ਇਹ ਬੈਠ ਕੇ ਗੱਲਬਾਤ ਕਰਕੇ ਅਗਰ ਇਹ ਨਹੀਂ ਪਸੰਦ ਇੱਕ ਡਾਕਟਰ ਹੈ ਉਹ ਜ਼ਬਰਦਸਤੀ ਗੋਲੀ ਮੂੰਹ 'ਚ ਪਾ ਰਿਹਾ ਮੈਂ ਕਹਿੰਦਾ ਮੈਂ ਨਹੀਂ ਲੈਣੀ ਉਹਨੂੰ ਕਹਿ ਲਵੇ ਤਾਂ ਠੀਕ ਹੈ ਵੀ ਆ ਜਾ ਬਈ ਬੈਠ ਕੇ ਗੱਲ ਕਰਕੇ ਇਹ ਵਾਪਸ ਕਰ ਲੈ ਉਸ ਤੋਂ ਬਾਅਦ ਚਾਰ ਬੰਦੇ ਬੈਠ ਕੇ ਦੁਬਾਰਾ ਬਣਾ ਲੈਣ ਇਹਦੇ 'ਚ ਤਾਂ ਕੋਈ ਐਸੀ ਗੱਲ ਨਹੀਂ ਹੈ ਅਸੀਂ ਵੀ 2014 'ਚ ਪ੍ਰਾਈਮ ਨੇ ਬਹੁਤ ਹੈਲਪ ਕੀਤੀ ਅਸੀਂ ਵੀ ਮੋਦੀ ਕੀਤੀ ਸਾਨੂੰ ਵੀ ਪਤਾ ਸੀ ਕਿ ਮੋਦੀ ਜੀ ਆਏ ਹੈ ਅਸੀਂ ਸਾਰਿਆਂ ਨੇ ਸਪੋਰਟ ਕੀਤੀ ਅਸੀਂ ਵੀ ਉਹਦੇ ਵਿੱਚ ਸੀਗੇ ਪਰ ਆਹ ਜਿਹੜਾ ਕੰਮ ਗਲਤ ਹੋ ਰਿਹਾ ਜੀ ਇਹਦੇ ਨਾਲ ਕਰਕੇ ਸਾਡੇ ਕਿਸਾਨ ਇੱਥੇ ਬੈਠੇ ਹੈ ਸਾਡੇ ਉੱਥੇ ਬੱਚੇ ਜਿਹੜੇ ਬਾਰਡਰਾਂ 'ਤੇ ਬੈਠੇ ਉਹ ਬਾਰ ਬਾਰ ਪੁੱਛ ਰਹੇ ਹੈ ਕੀ ਹੋ ਰਿਹਾ ਕੀ ਹੋ ਰਿਹਾ ਫਿਰ ਉਸ ਤੋਂ ਬਾਅਦ ਕਦੀ ਅੱਤਵਾਦੀ ਕਿਹਾ ਜਾਂਦਾ ਕਦੀ ਪਾਕਿਸਤਾਨੀ ਕਿਹਾ ਜਾਂਦਾ ਕਦੀ ਖਾਲਿਸਤਾਨੀ ਕਿਹਾ ਸਾਡੇ ਦਿਲ ਨੂੰ ਬੜੀ ਚੋਟ ਵੱਜਦੀ ਹੈ ਹੁਣ ਲੱਗਦਾ ਵੀ ਵੋਟ ਪਾ ਕੇ ਗਲਤੀ ਕੀਤੀ ਸੀ ਨਹੀਂ ਅਸੀਂ ਗਲਤੀ ਤਾਂ ਨਹੀਂ ਕਹਿ ਸਕਦੇ ਅਸੀਂ ਤਾਂ ਇਹੀ ਕਹਿੰਦੇ ਹਾਂ ਇਹ ਸੱਚੇ ਪਾਤਸ਼ਾਹ ਪ੍ਰਮਾਤਮਾ ਉਹਨੂੰ ਮਤ ਬਖਸ਼ੇ ਸਵੱਖਸ਼ ਬਖਸ਼ੇ ਅਤੇ ਆ ਕੇ ਇਹ ਕਰਕੇ ਜੋ ਵੀ ਹੈ ਕੋਈ ਗੱਲ ਨਹੀਂ ਹੁੰਦਾ ਨਹੀਂ ਚੱਲਿਆ ਗਲਤੀਆਂ ਹੁੰਦੀਆਂ ਜਾਂ ਹੁੰਦੀਆਂ ਹੈ ਨਹੀਂ ਚੱਲਿਆ ਬੈਠ ਕੇ ਗੱਲਬਾਤ ਕਰਕੇ ਅੱਜ ਜਿਹੜੇ ਵਿਚਾਰੇ ਬੈਠੇ ਘਰ ਨੂੰ ਜਾਣ ਉਹਨਾਂ ਨੂੰ ਕਹੋ ਠੀਕ ਹੈ ਜੀ ਆਪਾਂ ਵਾਪਸ ਲੈ ਲੈਂਦੇ ਹਾਂ ਵਾਪਸ ਲੈ ਕੇ ਇਹਨਾਂ ਨੂੰ ਦੁਬਾਰਾ ਬਣਾ ਲਓ ਸੋਧ ਦੇਣਾ ਜੋ ਕੁਛ ਤੁਸੀਂ ਕਰਨਾ ਉਹ ਕਰ ਸਕਦੇ ਆ ਪਰ ਗਲਤ ਨਾ ਬੋਲਣ ਅਸੀਂ ਪੰਜਾਬ ਤੋਂ ਅਸੀਂ ਸਾਰੇ ਸੀਗੇ ਇਹ ਮੈਨੂੰ ਕਹਿੰਦਾ ਜਿੰਨੇ ਆ ਜੀ ਅਸੀਂ ਵੀ 2014 'ਚ ਮੋਦੀ ਬਹੁਤ ਮੋਦੀ ਕੀਤੀ ਹੈ ਅਸੀਂ ਬਹੁਤ ਉਹਨੂੰ ਮੰਨਿਆ ਉਹਨਾਂ ਨੇ ਜਿੰਨੇ ਕੰਮ ਕੀਤੇ ਬਹੁਤ ਵਧੀਆ ਕੀਤੇ ਅਸੀਂ ਉਹਨਾਂ ਦੀ ਨਾਲ ਸਪੋਰਟ ਕਰਦੇ ਰਹੇ ਹਾਂ ਪਰ ਆਹ ਜੋ ਹੋ ਰਿਹਾ ਗਲਤ ਹੋ ਰਿਹਾ ਸਾਡੇ ਕਿਸਾਨਾਂ ਦਾ ਜੈ ਜਵਾਨ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੀਡਰ ਨੇ ਸਾਡੇ ਸੋ ਉਹ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੰਮ ਕਰਦੇ ਨੇ ਡੈਮੋਕ੍ਰੇਸੀ ਦੇ ਨਾਮ 'ਤੇ ਕੀ ਕੁਛ ਹੋ ਰਿਹਾ ਸੋ ਇਹੀ ਗੱਲਾਂ ਕਹਿਣੀਆਂ ਨੇ ਵੀ ਜਿਹੜੇ ਲੀਡਰਾਂ ਨੂੰ ਅਸੀਂ ਚੁਣ ਕੇ ਜਾਂ ਜਿਹੜੇ ਐਮਪੀਜ਼ ਨੂੰ ਅਸੀਂ ਚੁਣ ਕੇ ਉੱਥੇ ਬਿਠਾਇਆ ਉਹਨਾਂ ਦਾ ਕੰਮ ਸੀ ਇਹ ਸਾਰਾ ਕੁਛ ਬੋਲਣਾ ਪਰ ਉਹ ਨਹੀਂ ਬੋਲ ਰਹੇ ਇਸ ਕਰਕੇ ਹੁਣ ਸੋਚਣਾ ਪੈ ਰਿਹਾ ਵੀ ਹੋ ਸਕਦਾ ਇਹ ਕਿਸਾਨੀ ਅੰਦੋਲਨ ਦੇ ਵਿੱਚ ਜਾਂ ਫਿਰ ਇਸ ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜੀ ਰਾਜਨੀਤੀ ਹੈ ਪੰਜਾਬ ਦੀ ਉਹਦੇ ਵਿੱਚ ਜਾਂ ਰਾਜਨੀਤੀ ਹੈ ਜਿਹੜੀ ਦੇਸ਼ ਦੀ ਉਹਦੇ ਵਿੱਚ ਕੁਝ ਬਦਲਾਅ ਜਿਹੜੇ ਨੇ ਉਹ ਜ਼ਰੂਰ ਆ ਸਕਦੇ ਨੇ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਨੇ ਪੂਰੀ ਰਾਜਨੀਤਿਕ ਲੀਡਰ ਹੋਣ ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ ਸੋ ਉਹਨਾਂ ਦੇ ਵਿੱਚ ਜਿਹੜੇ ਬਦਲਾਅ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਉਹ ਤੁਸੀਂ ਆਪ ਉਸ ਦੇ ਗਵਾਹ ਬਣੋਗੇ ਸੋ ਕੈਮਰਾਮੈਨ ਮੁਕੇਸ਼ ਦੇ ਨਾਲ ਮੈਂ ਅਨੁਪਮ